ਜਿਹੜਾ ਖਹਿਰਾ ਮੈਟਰ ਹੈ ਇਹ ਜਲਾਲਾਬਾਦ ਸਦਰ ਥਾਣੇ 'ਚ ਦਰਜ ਹੋਇਆ ਸੀਗਾ ਅਤੇ ਇਹ ਬੜਾ ਹਾਈ ਪ੍ਰੋਫਾਈਲ ਮੈਟਰ ਔਰ ਪੁਲਿਸ ਇਹਦੇ 'ਚ ਕੀ ਕਰ ਰਹੀ ਹੈ ਸਰ ਇਹਦੇ ਬਾਰੇ ਨਹੀਂ ਤਾਂ ਸੀਨੀਅਰ ਅਫਸਰਾਂ ਹਿਸਾਬ ਕਿਤਾਬ ਚੱਲ ਰਿਹਾ ਸਾਰਾ ਕੁਛ ਜੋ ਤੁਸੀਂ ਦੇ ਸੰਬੰਧ ਵਿੱਚ ਇਹਦੇ ਬਾਰੇ ਹਜੇ ਕੁਛ ਨਹੀਂ ਕਿਹਾ ਤੁਹਾਡੇ ਥਾਣੇ 'ਚ ਮਾਮਲਾ ਦਰਜ ਨਹੀਂ ਸੀ ਮਾਮਲਾ ਹੈਗਾ ਸੀ ਉਹਦੇ ਮਾਮਲੇ 'ਤੇ ਜੋ ਹੋਊਗੀ ਗਵਾਹੀਆਂ ਹੋਗੀਆਂ ਪਰਚਾ ਹੋ ਗਿਆ ਦਰਜ ਹੋ ਗਿਆ ਉਸ ਤੋਂ ਬਾਅਦ ਜਿਹੜੀ ਹੈ ਸੀਨੀਅਰ ਅਫਸਰ ਕਰ ਰਹੇ ਜੋ ਕੁਛ ਕਰ ਰਹੇ ਨਹੀਂ ਸੀਗੀ ਫਾਜ਼ਿਲਕਾ ਹਾਂਜੀ ਕੀ ਕੋਰਟ ਨੇ ਕੀ ਆਦੇਸ਼ ਦਿੱਤੇ ਨੇ ਸਰ ਕੋਰਟ ਨੇ ਇੰਡਸਟਰੀ 21-12 ਪਾਈ ਹੈ ਨੋਟਿਸ ਜਾਰੀ ਕੀਤਾ ਹੈ ਪੇਸ਼ ਹੋਣ ਵਾਸਤੇ ਇਹ ਪਹਿਲਾਂ ਸਰ ਜਿਹੜੇ ਸੰਮਨ ਜਾਰੀ ਕੀਤੀ ਗਈ ਸੀ ਉਹ ਉਹਨਾਂ ਨੇ ਹਾਈਕੋਰਟ ਨੇ ਜੋ ਆਰਡਰ ਕੀਤਾ ਸੀ ਪਾਸ ਉਹਨਾਂ 'ਚ ਉਹਨਾਂ ਨੇ ਵਾਰੰਟ ਕੁਐਸ਼ ਕਰਤੇ ਸੀ ਇਸ ਕਰਕੇ ਅੱਜ ਨਵਾਂ ਆਰਡਰ ਪਾਸ ਕੀਤਾ ਹੈ 21-12 ਡੇਟ ਪਾਈ ਤੁਹਾਡੀ ਤਰੀਕ ਤੋਂ ਪਹਿਲਾਂ ਤੁਹਾਡੇ ਕੀ ਜਿਹੜਾ ਹਾਈਕੋਰਟ 'ਚ ਅੱਜ ਤਾਂ ਸਿਰਫ ਉਹਨਾਂ ਨੇ ਓਨਰੇਬਲ ਕੋਰਟ ਨੇ ਆਰਡਰ ਪਾਸ ਕੀਤਾ ਹੈ ਫਰੈਸ਼ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਹੈ ਜਾਂ ਦੁਬਾਰਾ ਸੁਣਨੀ ਹੋ ਸਕਦੀ ਇਹਨਾਂ ਨੂੰ ਦੁਬਾਰਾ ਨੋਟਿਸ ਹੀ ਉਹਨਾਂ ਨੂੰ ਸੁਣਨੀ ਦਿੱਤਾ ਹਾਂਜੀ ਕਦੋਂ ਪੇਸ਼ ਹੋਣ ਲਈ ਕਿਹਾ ਗਿਆ ਸਰ 21-12 ਡੇਟ ਪਾਈ ਹੈ ਨੈਕਸਟ ਕਿ ਅਰੈਸਟ ਹੋਣ ਦੇ ਚੱਕਰ 'ਚ ਨਹੀਂ ਅੱਜ ਪੇਸ਼ ਹੋ ਪਾਏ ਇਸ ਬਾਰੇ ਮੈਂ ਪੁੱਛ ਲਈ ਇੱਕ ਸਰ ਇਸੇ ਕੇਸ ਦੇ ਵਿੱਚ ਜਿਹੜਾ ਬੈਂਸ ਬ੍ਰਦਰ ਨੇ ਇੱਕ ਸੀ ਡੀ ਵੀ ਜਾਰੀ ਕੀਤੀ ਉਹਦੇ ਬਾਰੇ ਕੁਛ ਹੈਗੀ ਮੈਨੂੰ ਉਸ ਕੀ ਉਹਦੇ 'ਚ ਕਿਹਾ ਗਿਆ ਮੈਂ ਤਾਂ ਫਾਜ਼ਿਲਕਾ ਦੇ ਕੇਸ ਬਾਰੇ ਮੈਨੂੰ ਪਤਾ